ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ ਐਨਡੀਏ ਦੀ ਦਰਪਦੀ ਮੂਰਮੂ ਨੇ ਰੱਜਿਆ ਇਤਿਹਾਸ ਭਾਰਤ ਦੀ ਰਾਸ਼ਟਰਪਤੀ ਚੁਣੀ ਜਾਣ ਵਾਲੀ ਪਹਿਲੀ ਕਬਾਈਲੀ ਔਰਤ ਤਾਂ ਦੋਸਤੋ ਐਨਡੀਏ ਦੀ ਦਰਪਦੀ ਮੂਰਮੂ ਨੇ ਇਤਿਹਾਸ ਰੱਜ ਦਿੱਤਾ ਹੈ ਉਹ ਰਾਸ਼ਟਰਪਤੀ ਚੋਣ ਜਿੱਤ ਕੇ ਭਾਰਤ ਦੇ ਚੋਟੀ ਦੇ ਸੰਵਿਧਾਨਕ ਅਹੁਦੇ ਤੇ ਕਾਬਜ ਹੋਣ ਵਾਲੀ ਪਹਿਲੀ ਕਬਾਲੀ ਔਰਤ ਬਣ ਗਈ ਹੈ ਮੁਰਮੂ ਨੇ ਵਿਰੋਧੀ ਧਿਰ ਦੇ ਉਮੀਦਵਾਰ ਜਸਵੰਤ ਸੇਣਾ ਨੂੰ ਹਰਾਉਣ ਦੇ ਲਈ 50 ਫੀਸਦੀ ਦਾ ਅੰਕੜਾ ਪਾਰ ਕੀਤਾ ਦਰੁਪਦੀ ਮੁਰਮੂ ਜਿਸ ਨੇ 2015 ਅਤੇ 2021 ਦੇ ਦਰਮਿਆਨ ਝਾਰਖੰਡ ਦੇ ਰਾਜਪਾਲ ਵਜੋਂ ਵੀ ਸੇਵਾ ਨਿਭਾਈ ਸੀ ਆਰਮਨਾਥ ਕੋਮਨ ਦੇ ਬਾਅਦ ਭਾਰਤ ਦੇ 15ਵੇਂ ਰਾਸ਼ਟਰਪਤੀ ਬਣਨਗੇ ਕੋਵਿਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋਵੇਗਾ ਤੇ ਨਵੇਂ ਰਾਸ਼ਟਰਪਤੀ 25 ਜੁਲਾਈ ਨੂੰ ਸੌਂ ਚੁੱਕਣਗੇ ਅਗਲੀ ਖਬਰ ਹੈ ਗੁਰਦਾਸਪੁਰ ਪੁਲਿਸ ਨੂੰ ਮਿਲਿਆ ਜੱਗੂ ਭਗਵਾਨਪੁਰੀਏ ਦਾ 6 ਦਿਨਾਂ ਦਾ ਪੁਲਿਸ ਰਿਮਾਂਡ ਤਾਂ ਦੋਸਤੋ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਨਾਮਜਦ ਗੈਂਗਸਟਰ ਜੱਗੂ ਭਗਵਾਨਪੁਰੀਏ ਨੂੰ ਗੁਰਦਾਸਪੁਰ ਅਦਾਲਤ ਨੇ ਪੇਸ਼ ਵਿੱਚ ਕੇਸ ਕੀਤਾ ਗਿਆ ਹੈ ਗਰਦਾਸਪੁਰ ਪੁਲਿਸ ਨੂੰ 6 ਦਿਨਾਂ ਦਾ ਰਿਮਾਂਡ ਮਿਲ ਗਿਆ ਹੈ ਪੁਲਿਸ ਨੇ ਇਸੇ ਸਾਲ ਦੇ ਜਨਵਰੀ ਮਹੀਨੇ ਵਿੱਚ ਇੱਕ ਕੇਸ ਜਿਸ ਵਿੱਚ ਪਾਕਿਸਤਾਨ ਤੋਂ ਆਈ ਹੀਰੋਆਂ ਦੀ ਵੱਡੀ ਖੇਪ ਚ ਦੋ ਪਿਸਤੌਲਾਂ ਤੇ ਹੋਰ ਅਸਲੇ ਦੀ ਬਰਾਮਦਗੀ ਕੀਤੀ ਸੀ ਪਾਕਿਸਤਾਨ ਤੋਂ ਤਸਕਰਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਸੀ ਜਿਸ ਦੇ ਵਿੱਚ ਇੱਕ ਵਿਐਸਐਫ ਜਵਾਨ ਜ਼ਖਮੀ ਵੀ ਹੋਇਆ ਸੀ ਇਸ ਮਾਮਲੇ ਦੇ ਵਿੱਚ ਜੱਗੂ ਭਗਵਾਨਪੁਰੀਏ ਨੂੰ ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਨੇ ਕਲਾਨੌਰ ਪੁਲਿਸ ਨੂੰ ਪੁੱਛਗਿੱਛ ਦੇ ਲਈ 7 ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਕਹਿਰ ਬਣ ਬਰਿਆ ਮੀ 2 ਲੱਖ 1 ਏਕੜ ਰਕਬੇ ਦੇ ਵਿੱਚ ਫਸਲਾਂ ਡੁੱਬੀਆਂ ਤਾਂ ਦੋਸਤੋ ਪੰਜਾਬ ਦੇ ਵਿੱਚ ਅੱਜ ਵੀ ਮੀਂਹ ਦਾ ਕਹਿਰ ਬਣ ਕੇ ਬਰਿਆ ਕਈ ਥਾਵਾਂ ਉੱਪਰ ਫਸਲਾਂ ਵਿੱਚ ਪਾਣੀ ਭਰ ਗਿਆ ਪਹਿਲਾਂ ਹੀ ਵਾਰਸ ਦੇ ਨਾਲ ਪੰਜਾਬ ਵਿੱਚ ਲੱਖਾਂ ਏਕੜ ਫਸਲ ਤਬਾਹ ਹੋ ਗਈ ਹੈ ਪੰਜਾਬ ਸਰਕਾਰ ਨੇ ਇਸ ਦੀ ਗਰਦਾਬਰੀ ਦੇ ਵੀ ਹੁਕਮ ਦੇ ਦਿੱਤੇ ਨੇ ਖੇਤੀ ਵਿਭਾਗ ਖਰਾਬ ਫਸਲਾਂ ਦੇ ਮੁਆਵਜ਼ੇ ਦੇ ਲਈ ਡਾਟਾ ਇਕੱਠਾ ਕਰ ਰਿਹਾ ਹੈ ਲੈ ਹਾਸਲ ਜਾਣਕਾਰੀ ਦੇ ਮੁਤਾਬਕ ਪੰਜਾਬ ਵਿੱਚ ਲੰਘੇ ਦਣੀ ਪਏ ਤੇਜ਼ਮੀਨੇ ਕਰੀਬ 2 ਲੱਖ ਏਕੜ ਰਕਬਾ ਡੋਬ ਦਿੱਤਾ ਹੈ ਮਾਲਵਾ ਖੇਤੇ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸਭ ਤੋਂ ਵੱਧ ਫਸਲਾਂ ਦਾ ਨੁਕਸਾਨ ਹੋਇਆ ਜਦੋਂ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਵੀ ਫਸਲੀ ਨੁਕਸਾਨ ਸਭ ਤੋਂ ਵੱਧ ਦੱਸਿਆ ਜਾ ਰਿਹਾ ਹੈ ਅਗਲੀ ਖਬਰ ਹੈ ਰਾਤ 11:30 ਵਜੇ ਹੋਇਆ ਗੈਂਗਸਟਰ ਰੂਪਾ ਅਤੇ ਮਾਨੂੰ ਦਾ ਪੋਸਟਮਾਰਟਮ ਸੀਟੀ ਸਕੈਨ ਤੋਂ ਬਾਅਦ ਲੱਭਿਆ ਸਰੀਰ ਦੇ ਵਿੱਚ ਗੋਲੀਆਂ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਪੰਜਾਬ ਦੇ ਅਮਰਸਰ ਜ਼ਿਲ੍ਹੇ ਦੇ ਪਿੰਡ ਭਕਨਾ ਵਿਖੇ ਪੁਲਿਸ ਦੇ ਨਾਲ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮੰਨੂ ਦਾ ਪੋਸਟਮਾਰਟਮ ਰਾਤ 11:15 ਵਜੇ ਖਤਮ ਹੋਇਆ ਡਾਕਟਰਾਂ ਦੀ ਟੀਮ ਨੂੰ ਪਹਿਲਾਂ ਕਾਗਜ਼ੀ ਕਾਰਵਾਈ ਪੂਰੀ ਕਰਨ ਅਤੇ ਫਿਰ ਸਰੀਰ ਵਿੱਚ ਫਸੀਆਂ ਗੋਲੀਆਂ ਨੂੰ ਲੱਭਣ ਦੇ ਲਈ ਕਾਫੀ ਜਦੋਜਹਿਦ ਕਰਨੀ ਪਈ ਦੋਵਾਂ ਦੇ ਪਰਿਵਾਰਾਂ ਨੂੰ ਪੁਲਿਸ ਸੁਰੱਖਿਆ ਵਿਚਕਾਰ ਭੇਜਿਆ ਗਿਆ ਜਿਕਰ ਜੋਗ ਹੈ ਕਿ ਮੁਕਾਬਲੇ ਵਿੱਚ ਮਾਰੇ ਗਏ ਰੂਪਾ ਤੇ ਮੰਨੂ ਦੀਆਂ ਲਾਸ਼ਾਂ ਸਿਵਲ ਹਸਪਤਾਲ ਮਰਦਾ ਘਰ ਤੋਂ ਮੈਡੀਕਲ ਕਾਲਜ ਦੇ ਪੋਸਟਮਾਰਟਮ ਹਾਊਸ ਦੇ ਲਈ ਪੇਜ ਦਿੱਤੀਆਂ ਗਈਆਂ ਸੀ ਸਿੱਧੂ ਮੂਸੇਵਾਲੇ ਦੇ ਕਤਲ ਸਮੇ ਲਾਸਾਂ ਨੂੰ ਚਸ਼ਮਦੀਦਾਂ ਦੇ ਸਾਹਮਣੇ ਰੱਖਿਆ ਗਿਆ ਸੀ ਤਾਂ ਜੋ ਉਹਨਾਂ ਦੀ ਪਛਾਣ ਹੋ ਸਕੇ ਇਸ ਦੇ ਲਈ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਅੰਮ੍ਰਿਤਸਰ ਪੁੱਜੇ ਤਿੰਨ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਸੀ ਜਿਸ ਵਿੱਚ ਸਿਵਲ ਹਸਪਤਾਲ ਤੋਂ ਡਾਕਟਰ ਜੈਸਮੀਨ ਅਤੇ ਦੋ ਡਾਕਟਰ ਮੈਡੀਕਲ ਕਾਲਜ ਤੋਂ ਸਨ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਇਹਨਾਂ ਲਾਸਾਂ ਦੇ ਪੋਸਟਮਾਰਟਮ ਹਾਊਸ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਦਾ ਪਤਾ ਨਹੀਂ ਲੱਗ ਸਕਿਆ ਪੋਸਟਮਾਰਟਮ ਦੀ ਪ੍ਰਤੀਕਿਰਿਆ ਵਿੱਚ ਸਰੀਰ ਵਿੱਚ ਲੱਗੀਆਂ ਗੋਲੀਆਂ ਨੂੰ ਬਾਹਰ ਕੱਢਣਾ ਹੁੰਦਾ ਹੈ ਜੋ ਸਬੂਤ ਵਜੋਂ ਰੱਖੀਆਂ ਜਾਂਦੀਆਂ ਨੇ ਇਸ ਤੋਂ ਬਾਅਦ ਪੈਨਲ ਨੇ ਦੋਮਾ ਲਾਸਾ ਨੂੰ ਸੀਟੀ ਸਕੈਨ ਦੇ ਲਈ ਭੇਜ ਦਿੱਤਾ ਹੈ ਸੀਟੀ ਸਕੈਨ ਰਿਪੋਰਟ ਦੇ ਆਧਾਰ ਤੇ ਲਾਸਾ 'ਚੋਂ ਗੋਲੀਆਂ ਬਰਾਮਦ ਹੋਈਆਂ ਨੇ ਅਗਲੀ ਖਬਰ ਹੈ ਮੌਸਮ ਸਾਫ਼ ਹੋਣ ਤੋਂ ਬਾਅਦ ਬਹਾਲ ਹੋਈ ਹਿਮਕੁੰਟ ਸਾਹਿਬ ਦੀ ਯਾਤਰਾ ਸ਼ਰਧਾਲੂ ਰਵਾਨਾ ਮੌਸਮ ਵਿਭਾਗ ਦੇ ਵੱਲੋਂ ਵੀ yellow alert ਜਾਰੀ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸ੍ਰੀ ਹਿਮਕੁੰਟ ਸਾਹਿਬ ਦੀ ਯਾਤਰਾ ਨੂੰ ਰੋਕਣ ਦਾ ਫੈਸਲਾ ਕੀਤਾ ਸੀ ਪਰ ਸਵੇਰੇ ਮੌਸਮ ਆਮ ਵਾਂਗ ਹੋਣ ਤੋਂ ਬਾਅਦ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਗਈ ਹੈ ਹੇਮਕੁੰਡ ਸਾਹਿਬ ਦੇ ਲਈ 535 ਸਰਦਾਲੂ ਗੋਵਿੰਦ ਘਾਟ ਤੋਂ ਕਕੜੀਆਂ ਦੇ ਲਈ ਰਵਾਨਾ ਹੋਏ ਨੇ ਜਦਕਿ 440 ਸਰਦਾਲੂ ਕੈਂਗੜੀਆਂ ਤੋਂ ਰਵਾਨਾ ਹੋਏ ਨੇ ਗੋਵਿੰਦ ਘਾਟ ਗੁਰਦੁਆਰਾ ਸਾਹਿਬ ਦੇ ਸੀਨੀਅਰ ਮੈਨੇਜਰ ਸਰਦਾਰ ਮੇਵਾ ਸਿੰਘ ਨੇ ਦੱਸਿਆ ਕਿ ਹੇਮਕੁੰਡ ਸਾਹਿਬ ਮਾਰਗ ਪੱਧਰਾ ਇਲਾਕੇ ਵਿੱਚ ਮੌਸਮ ਆਮ ਵਾਂਗ ਹੋਣ ਤੋਂ ਬਾਅਦ ਗੁਰਦੁਆਰਾ ਪ੍ਰਬੰਧਕਾਂ ਨੇ ਸਰਦਾਲੂਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਹੈ ਅਗਲੀ ਖਬਰ ਹੈ ਸੀਬੀਐਸਈ ਰਿਜ਼ਲਟ 2022 ਚੈੱਕ ਕਰਨ ਦੇ ਲਈ ਇੱਕ ਹੋਰ ਪੜਾ ਕਰਨਾ ਹੋਵੇਗਾ ਪੂਰਾ ਬਸੇਸ ਸੁਰੱਖਿਆ ਕੋਡ ਤੋਂ ਬਾਅਦ ਦੇਖ ਸਕੋਗੇ ਅੰਕ ਤਾਂ ਦੋਸਤੋ ਇਸ ਵਾਰ ਸੀਬੀਐਸਈ ਦਾ ਨਤੀਜਾ ਡਿਜੀਟਲ ਰੂਪ ਦੇ ਵਿੱਚ ਦੇਖਣਾ ਕਾਫੀ ਸੁਰੱਖਿਅਤ ਹੋਵੇਗਾ ਦਰਅਸਲ ਦੇ ਵਿੱਚ ਨਤੀਜਾ ਦੇਖਣ ਦੇ ਲਈ ਵਿਦਿਆਰਥੀਆਂ ਨੂੰ ਸੁਰੱਖਿਆ ਦੀ ਇੱਕ ਹੋਰ ਪਰਤ ਵਿੱਚੋਂ ਲੰਘਣਾ ਪਵੇਗਾ ਖਾਸ ਤੌਰ ਤੇ ਹੁਣ ਡਿਜੀ ਲੋਕਰ ਦੇ ਰਾਹੀਂ ਸੀਬੀਐਸਸੀ ਨਤੀਜੇ ਦੀ ਜਾਂਚ ਕਰਨਾ ਵਧੇਰੇ ਸੁਰੱਖਿਅਤ ਹੋਣ ਜਾ ਰਿਹਾ ਹੈ ਡਿਜੀ ਲੋਕਰ ਦੇ ਰਾਹੀਂ ਨਤੀਜਾ ਦੇਖਣ ਦੇ ਲਈ ਵਿਦਿਆਰਥੀਆਂ ਨੂੰ ਹੁਣ ਸਕੂਲਾਂ ਤੋਂ 6 ਅੰਕਾਂ ਦਾ ਸੁਰੱਖਿਆ ਕੋਡ ਇਕੱਠਾ ਕਰਨਾ ਹੋਵੇਗਾ ਇਹ ਨਿਜੀ ਸੁਰੱਖਿਆ ਕੋਡ ਵਿਦਿਆਰਥੀਆਂ ਨੂੰ ਅਕਾਦਮਿਕ ਰਿਕਾਰਡ ਜਮ੍ਹਾਂ ਕਰਨ ਦੇ ਲਈ ਡਿਜੀ ਲੋਕਰ ਦੇ ਨਾਲ ਟੈਗ ਕੀਤੇ ਨੰਬਰ ਦੀ ਚੋਣ ਕਰਨ ਦਾ ਵਿਕਲਪ ਦਵੇਗਾ ਸੀਵੀਆਈ ਸੀਵੀਐਸਸੀ ਇਹ ਕੋਡ ਸਿੱਧਾ ਸਕੂਲਾਂ ਨੂੰ ਮਹੱਈਆ ਕਰਵਾਵੇਗਾ 6 ਅੰਕਾਂ ਵਾਲੇ ਪਿੰਨ ਨਾਲ ਡਿਜੀ ਲੋਕਰ ਖਾਤੇ ਨੂੰ ਐਕਟੀਵੇਟ ਕਰਨ ਤੋਂ ਬਾਅਦ ਸੀਵੀਐਸਸੀ ਬੋਰਡ ਦਾ ਨਤੀਜਾ ਆਪਣੇ ਆਪ ਸਿੱਖਿਆ ਸੈਕਸ਼ਨ ਦੇ ਵਿੱਚ ਪਹੁੰਚ ਜਾਵੇਗਾ ਅਗਲੀ ਖਬਰ ਹੈ ਸੋਨੀਆ ਗਾਂਧੀ ਤੋਂ ED ਨੇ ਤਿੰਨ ਘੰਟੇ ਕੀਤੀ ਪੁੱਛਗਿੱਛ 25 ਜੁਲਾਈ ਨੂੰ ਬੁਲਾਇਆ ਦੁਬਾਰਾ ਦੇਸ਼ ਭਰ ਦੇ ਵਿੱਚ ਕਾਂਗਰਸ ਦਾ ਜ਼ੋਰਦਾਰ ਪ੍ਰਦਰਸ਼ਨ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਨੈਸ਼ਨਲ ਹੈਰਾਲਡ ਕੇਸ ਦੇ ਵਿੱਚ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਦੀ ਅੰਤਰਮ ਪ੍ਰਧਾਨ ਸੋਨੀਆ ਗਾਂਧੀ ਤੋਂ ED ਨੇ ਪੁੱਛਗਿੱਛ ਕੀਤੀ ਸੀ ਸੋਨੀਆ ਗਾਂਧੀ ਤੋਂ ਤਿੰਨ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਏਜੰਸੀ ਦੇ ਦਫ਼ਤਰ ਤੋਂ ਚਲੇ ਗਏ ਈਡੀ ਦੀ ਐਡੀਸ਼ਨਲ ਡਾਇਰੈਕਟਰ ਮੋਨਿਕਾ ਸ਼ਰਮਾ ਦੀ ਟੀਮ ਨੇ ਸੋਨੀਆ ਗਾਂਧੀ ਤੋਂ ਪੁੱਛਗਿੱਛ ਕੀਤੀ ਹੈ ਪੁੱਛਗਿੱਛ ਦੌਰਾਨ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਰਾਹੁਲ ਗਾਂਧੀ ਅਤੇ ਬੇਟੀ ਪ੍ਰਾਂਕਾ ਗਾਂਧੀ ਵਾਡਰਾ ਵੀ ਸਨ ਕੁਝ ਮਿੰਟਾਂ ਬਾਅਦ ਰਾਹੁਲ ਈਡੀ ਦੇ ਹੈੱਡਕੁਆਰਟਰ ਤੋਂ ਚਲੇ ਗਏ ਜਦੋਂ ਕਿ ਪ੍ਰਾਂਕਾ ਦਵਾਈ ਦੇਣ ਦੇ ਲਈ ਉਹਨਾਂ ਦੇ ਨਾਲ ਹੀ ਰਹੀ ਜਾਣਕਾਰੀ ਦੇ ਮੁਤਾਬਕ ਕਾਂਗਰਸ ਦੀ ਪ੍ਰਧਾਨ ਨੂੰ ਈਡੀ ਨੇ ਇੱਕ ਵਾਰ ਫੇਰ ਪੁੱਛਗਿੱਛ ਦੇ ਲਈ 25 ਜੁਲਾਈ ਨੂੰ ਦੁਬਾਰਾ ਬੁਲਾਇਆਗਾ ਅਗਲੀ ਖਬਰ ਹੈ ਸੋਨਾ ਹੋਇਆ ਸਸਤਾ ਚਾਂਦੀ 1200 ਰੁਪਏ ਤੋਂ ਵੱਧ ਡਿੱਗੀ ਜਾਣੋ ਨਵੀਆਂ ਕੀਮਤਾਂ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਸੋਨੇ ਦੀ ਕੀਮਤ 478 ਰੁਪਏ ਡਿੱਗ ਕੇ 49830 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਹੈ ਇਸ ਦੇ ਨਾਲ ਹੀ ਚਾਂਦੀ ਦੇ ਵਿੱਚ ਵੀ ਗ੍ਰਾਫਟ ਦੇਖਣ ਨੂੰ ਮਿਲੀ ਹੈ ਚਾਂਦੀ ਦੀ ਕੀਮਤ 1265 ਰੁਪਏ ਦੀ ਗ੍ਰਾਫਟ ਦੇ ਨਾਲ 541351 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਅਗਲੀ ਖਬਰ ਹੈ ਮਾਨਹਾਨੀ ਮਾਮਲੇ ਦੇ ਵਿੱਚ ਅਦਾਲਤ 'ਚ ਪੇਸ਼ ਨਹੀਂ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਗਲੀ ਸੁਣਵਾਈ 20 ਸਤੰਬਰ ਨੂੰ ਹੋਵੇਗੀ ਤਾਂ ਦੋਸਤੋ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਮਾਨਸਾ ਦੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸਾਈਆ ਸੰਗਰੂਰ ਤੋਂ ਸੰਸਦ ਅਤੇ ਹੁਣ ਮੁੱਖ ਮੰਤਰੀ ਪੰਜਾਬ ਦੇ 10 ਕਰੋੜ ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਦਾ ਅਹੁਦਾ ਲੈ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਏ ਸੀ ਜਿਸ ਤੇ ਵਿੱਚ ਵਿਧਾਇਕ ਨਾਜਰ ਸਿੰਘ ਮਾਨਸਾਈਆ ਦੁਆਰਾ ਜਲਾਈ 2019 ਦੇ ਵਿੱਚ ਭਗਵੰਤ ਮਾਨ ਦੇ ਸਮੇਤ 9 ਹੋਰਾਂ ਤੇ ਮਾਨਸਾ ਕੋਰਟ ਦੇ ਵਿੱਚ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ ਕੋਰਟ ਦੇ ਦੁਆਰਾ 29 April 2022 ਨੂੰ ਕੋਰਟ ਵਿੱਚ ਹੋਈ ਪੇਸ਼ੀ ਦੌਰਾਨ ਭਗਵੰਤ ਮਾਨ ਨੂੰ 21 July 2022 ਨੂੰ ਨਿੱਜੀ ਤੌਰ ਤੇ ਕੋਰਟ ਵਿੱਚ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਸੀ ਪਰ ਭਗਵੰਤ ਮਾਨ ਨੇ 21 July ਨੂੰ ਪੇਸ਼ ਨਹੀਂ ਹੋਈ ਜਿਸ ਦੇ ਬਾਅਦ ਕੋਰਟ ਨੇ ਫਿਰ 20 September ਨੂੰ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਨੇ ਅਗਲੀ ਖਬਰ ਹੈ ਪੰਜਾਬ ਸਣੇ ਯੂਪੀ ਵਿਹਾਰ ਉੱਤਰਾਖੰਡ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਵਾਰਸ਼ ਦੀ ਚੇਤਾਵਨੀ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਨੇ ਜਨਜੀਵਨ ਅਸਰ ਕਰ ਦਿੱਤਾ ਹੈ ਕਈ ਸੂਬਿਆਂ ਦੇ ਵਿੱਚ ਹੜਵਰਗੀ ਸਥਿਤੀ ਵੀ ਬਣੀ ਹੋਈ ਹੈ ਤੁਹਾਨੂੰ ਦੱਸਿਏ ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ਯੂਪੀ ਵਿਹਾਰ ਮੱਧ ਪ੍ਰਦੇਸ਼ ਹਰਿਆਣਾ ਪੰਜਾਬ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਤੇਜ਼ ਵਾਰਸ਼ ਹੋਣ ਦੀ ਵੀ ਸੰਭਾਵਨਾ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋਣ ਦੇ ਕਾਰਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਗਰਜ ਨਾਲ ਮੀਂਹ ਪੈਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਦਿਨ ਪਰ ਬੱਦਲਵਾਈ ਰਹੇਗੀ ਭਾਰੀ ਮੀਂਹ ਅਤੇ ਹਵਾਵਾਂ ਨਾਲ ਕਿਸੇ ਵੀ ਨੁਕਸਾਨ ਦੀ ਨਿਗਰਾਨੀ ਕੀਤੀ ਜਾਵੇਗੀ ਅਗਲੀ ਖਬਰ ਹੈ ਜੀਨਤੋਂ ਫਿਰੋਜ਼ਪੁਰ ਲਾਈਨ ਤੇ ਨਵੀਂ ਪੈਸੇਂਜਰ ਰੇਲ ਗੱਡੀ ਅਗਸਤ ਦੇ ਪਹਿਲੇ ਹਫ਼ਤੇ ਸ਼ੁਰੂ ਸਮਾਸਾਰਨੀ ਵੀ ਕੀਤੀ ਜਾ ਰਹੀ ਹੈ ਤਾਂ ਦੋਸਤੋ ਕਾਫੀ ਲੰਮੇ ਸਮੇਂ ਤੋਂ ਕਰੋਨਾ ਕਾਲ ਅਤੇ ਕਿਸਾਨ ਅੰਦੋਲਨ ਦੇ ਕਾਰਨ ਜੀਂਦ ਫਰੋਜਪੁਰ ਰੇਲਵੇ ਲਾਈਨ ਤੇ ਲੋਕਲ ਰੇਲ ਗੱਡੀਆਂ ਬੰਦ ਪਈਆਂ ਸਨ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਤੋਂ ਬਾਅਦ ਰੇਲਵੇ ਵਿਭਾਗ ਨੇ ਜੀਂਦ ਤੋਂ ਫਰੋਜਪੁਰ ਲਾਈਨ ਤੇ ਨਵੀਂ ਪੈਸੇਂਜਰ ਰੇਲ ਗੱਡੀ ਸ਼ੁਰੂ ਕਰ ਦਿੱਤੀ ਹੈ ਤੇ ਇਹ ਰੇਲ ਗੱਡੀ ਅਗਸਤ ਦੇ ਪਹਿਲੇ ਹਫ਼ਤੇ ਸ਼ੁਰੂ ਹੋ ਜਾਵੇਗੀ ਤੇ ਇਸ ਰੇਲ ਗੱਡੀ ਦਾ ਸਮਾਂ ਸਾਰਣੀ ਚਾਰਟ ਵੀ ਸਾਂਝਾ ਕਰ ਦਿੱਤਾ ਗਿਆ ਹੈ ਅਗਲੀ ਖਬਰ ਹੈ ਰੁਪਏ ਦੀ ਗਰਾਫਟ ਕਾਰਨ ਰਿਜ਼ਰਵ ਬੈਂਕ ਆਫ ਇੰਡੀਆ ਦੀ ਬਦੀ ਪਰੇਸ਼ਾਨੀ ਲਗਾਮ ਲਗਾਉਣ ਦੇ ਲਈ ਬਣਾਈ ਇਹ ਯੋਜਨਾ ਤਾਂ ਦੋਸਤੋ ਡਾਲਰ ਦੇ ਮੁਕਾਬਲੇ ਰੁਪਈਆ ਪਹਿਲੀ ਵਾਰ 80 ਦੇ ਪਾਰ ਪਹੁੰਚ ਗਿਆ ਇਸ ਸਾਲ ਜਨਵਰੀ ਤੋਂ ਹੁਣ ਤੱਕ ਰੁਪਈਆ 7% ਤੋਂ ਜ਼ਿਆਦਾ ਡਿੱਗ ਚੁੱਕਿਆ ਹੈ ਇਸ ਗਰਾਫਟ ਨੂੰ ਰੋਕਣ ਦੇ ਲਈ ਰਿਜ਼ਰਵ ਬੈਂਕ ਆਫ ਇੰਡੀਆ ਹੁਣ ਵਿਦੇਸ਼ੀ ਮੁਦਰਾ ਭੰਡਾਰ ਦੇ ਵਿੱਚੋਂ 100 ਅਰਬ ਡਾਲਰ ਵੇਚੇਗਾ ਰਿਜ਼ਰਵ ਬੈਂਕ ਨੇ ਇਸ ਕਦਮ ਦੇ ਨਾਲ ਰੁਪਈਏ ਦੀ ਗਰਾਫਟ 4 ਮਹੀਨਿਆਂ ਤੱਕ ਰੁਕ ਸਕਦੀ ਹੈ ਜੇਕਰ ਸਰਕਾਰ ਵੱਲੋਂ ਜਲਦ ਹੀ ਜ਼ਰੂਰੀ ਕਦਮ ਨਾ ਚੁੱਕੇ ਗਏ ਤਾਂ ਡਾਲਰ ਦੇ ਮੁਕਾਬਲੇ ਰੁਪਈਏ ਦੀ ਗਰਾਫਟ 85 ਰੁਪਏ ਦੇ ਪੱਧਰ ਤੱਕ ਵੀ ਜਾ ਸਕਦੀ ਹੈ ਹਾਲਾਂਕਿ ਆਰਬੀਆਈ ਦੇ ਤਾਜ਼ਾ ਕਦਮ ਦੇ ਨਾਲ ਘਰੇਲੂ ਮੁਦਰਾ ਨੂੰ ਕੁਝ ਹੱਦ ਤੱਕ ਮਦਦ ਮਿਲ ਸਕਦੀ ਹੈ ਇੱਕ ਵਪਾਰੀ ਨੇ ਕਿਹਾ ਕਿ ਅਮਰੀਕਾ ਦੀ ਸਖਤ ਨੀਤੀਆਂ ਕਾਰਨ ਰੁਪਏ ਦੇ 84 ਤੋਂ 85 ਤੱਕ ਡਿੱਗਣ ਦਾ ਵੀ ਡਰ ਹੈ ਅਗਲੀ ਖਬਰ ਹੈ ਸੀਐਮ ਭਗਵੰਤ ਮਾਨ ਨੂੰ ਹਸਪਤਾਲ ਦੇ ਵਿੱਚੋਂ ਮਿਲੀ ਛੁੱਟੀ ਇਨਕਾਊਂਟਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਨਾਲ ਕੀਤੀ ਮੁਲਾਕਾਤ ਤਾਂ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖਰਾਬ ਹੋਣ ਕਾਰਨ ਬੀਤੇ ਦਿਨੀ ਉਹਨਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਸੂਤਰਾਂ ਦੇ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਹੁਣ ਠੀਕ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਵੀ ਮਿਲ ਗਈ ਹੈ ਅਗਲੀ ਖਬਰ ਹੈ ਕੇਜਰੀਵਾਲ ਨੇ ਗੁਜਰਾਤ ਦੇ ਵਿੱਚ ਵੀ ਕੀਤਾ ਮੁਫਤ ਬਿਜਲੀ ਦਾ ਐਲਾਨ ਕਿ ਹੈ ਭਾਜਪਾ ਜਮਲਾ ਦਿੰਦੀ ਹੈ ਅਸੀਂ ਗਰੰਟੀ ਦਿੰਨੇ ਆ ਤਾਂ ਦੋਸਤੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਦੌਰੇ ਤੇ ਪਹੁੰਚੇ ਜਿੱਥੇ ਉਹਨਾਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਪਹਿਲੀ ਗਰੰਟੀ ਦਾ ਐਲਾਨ ਕੀਤਾ ਹੈ ਕੇਜਰੀਵਾਲ ਨੇ ਗੁਜਰਾਤ ਦੇ ਵਿੱਚ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਹਿੰਗਾਈ ਇੰਨੀ ਦਿਨੀ ਕਾਫੀ ਵੱਧ ਗਈ ਹੈ ਇਹ ਵੱਡੀ ਸਮੱਸਿਆ ਹੈ ਬਿਜਲੀ ਦੀਆਂ ਕੀਮਤਾਂ ਵੀ ਲਗਾਤਾਰ ਵੱਧ ਰਹੀਆਂ ਨੇ ਜਿਵੇਂ ਅਸੀਂ ਦਿੱਲੀ ਦੇ ਵਿੱਚ ਮੁਫਤ ਬਿਜਲੀ ਦਿੰਤੀ ਹੈ ਪੰਜਾਬ ਦੇ ਵਿੱਚ 3 ਮਹੀਨਿਆਂ ਦੇ ਵਿੱਚ ਮੁਫਤ ਬਿਜਲੀ ਦਿੰਤੀ ਹੈ ਇਸੇ ਤਰ੍ਹਾਂ ਅਸੀਂ ਗੁਜਰਾਤ ਦੇ ਵਿੱਚ ਵੀ ਮੁਫਤ ਬਿਜਲੀ ਦਵਾਂਗੇ ਜੇਕਰ ਸਾਡੀ ਸਰਕਾਰ ਬਣਦੀ ਹੈ ਅਗਲੀ ਖਬਰ ਹੈ ਮੁਕਸਰ ਪੁਲਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਸਨੋਈ ਦਾ ਟ੍ਰਾਂਜਿਟਰ ਰਿਮਾਂਡ ਤਾਂ ਦੋਸਤੋ ਸ੍ਰੀ ਮੁਕਸਰ ਸਾਹਿਬ ਦੇ ਥਾਣਾ ਸਦਰ ਮਲੋਟ ਦੇ ਵਿੱਚ 21 ਅਕਤੂਬਰ 2020 ਨੂੰ ਦਰਜ ਕੀਤੇ ਇੱਕ ਮਾਮਲੇ ਦੇ ਸਬੰਧ ਵਿੱਚ ਗੈਂਗਸਟਰ ਲਾਰੈਂਸ ਬਸਨੋਈ ਨੂੰ ਮੁਕਸਰ ਸਾਹਿਬ ਦੇ ਮਲੋਟ ਵਿੱਚ ਵਿਖੇ ਟ੍ਰਾਂਜਿਟਰ ਰਿਮਾਂਡ ਤੇ ਲਿਆਂਦਾ ਜਾ ਰਿਹਾ ਹੈ ਦੱਸ ਦਈਏ ਕਿ ਜ਼ਿਲ੍ਹੇ ਦੇ ਪਿੰਡ ਔਲਖ ਵਿਖੇ 21 ਅਕਤੂਬਰ 2020 ਨੂੰ ਰਣਜੀਤ ਸਿੰਘ ਰਾਣਾ ਵਾਸੀ ਮੁਕਸਰ ਸਾਹਿਬ ਆਪਣੀ ਪਤਨੀ ਰਾਜਵੀਰ ਕੌਰ ਦੇ ਨਾਲ ਕਾਰ ਵਿੱਚ ਸਵਾਰ ਹੋ ਕੇ ਦਵਾਈ ਲੈਣ ਗਿਆ ਸੀ ਜਿਸ ਦੌਰਾਨ ਉਸ ਦੀ ਕਾਰ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਜਿਸ ਸਬੰਧ ਦੇ ਵਿੱਚ ਪੁਲਿਸ ਵੱਲੋਂ ਉਸ ਸਮੇਂ 302 ਦਾ ਮਾਮਲਾ ਦਰਜ ਕਰ ਲਿਆ ਗਿਆ ਸੀ ਦੱਸ ਦਈਏ ਕਿ ਰਣਜੀਤ ਸਿੰਘ ਰਾਣਾ ਤੇ ਵੀ ਪਹਿਲਾਂ ਕਈ ਮਾਮਲੇ ਦਰਜ ਸਨ ਅਤੇ ਉਹ ਵਕ ਵਕ ਗੈਂਗਸਟਰ ਗਤੀਵਿਧੀਆਂ ਦੇ ਵਿੱਚ ਕਥਿਤ ਤੌਰ ਤੇ ਸ਼ਾਮਲ ਸੀ ਜੇਕਰ ਜੋਗ ਹੈ ਕਿ ਰਣਜੀਤ ਰਾਣਾ ਕਤਲ ਮਾਮਲੇ ਵਿੱਚ ਇਸ ਤੋਂ ਪਹਿਲਾਂ ਸੰਪਤ ਨਹਿਰਾ ਨੂੰ ਵੀ ਰਿਮਾਂਡ ਤੇ ਲਿਆਂਦਾ ਗਿਆ ਇਸ ਕਤਲ ਦੇ ਵਿੱਚ ਰਣਜੀਤ ਸਿੰਘ ਰਾਣਾ ਦੇ 15 ਗੋਲੀਆਂ ਲੱਗੀਆਂ ਸਨ ਅਗਲੀ ਖਬਰ ਹੈ 30 ਜੁਲਾਈ ਨੂੰ ਚੰਡੀਗੜ੍ਹ ਆਉਣਗੇ ਕੇਂਦਰੀ ગ્રામ ਮੰਤਰੀ ਅਮਿਤ ਸ਼ਾਹ ਕਈ ਯੋਜਨਾਵਾਂ ਦੀ ਕਰਨਗੇ ਸ਼ੁਰੂਆਤ ਤਾਂ ਦੋਸਤੋ ਕੇਂਦਰੀ ગ્રામ ਮੰਤਰੀ ਅਮਿਤ ਸ਼ਾਹ 30 ਜੁਲਾਈ ਨੂੰ ਚੰਡੀਗੜ੍ਹ ਦੇ ਵਿੱਚ ਕਈ ਯੋਜਨਾਵਾਂ ਦੀ ਸ਼ੁਰੂਆਤ ਕਰਨਗੇ ਇਸ ਦੇ ਨਾਲ ਹੀ ਅਮਿਤ ਸ਼ਾਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵੀ ਮੀਟਿੰਗ ਕਰਨਗੇ ਅਗਲੀ ਖਬਰ ਹੈ ਦੁਨੀਆ ਭਰ ਦੇ ਵਿੱਚ ਮੰਕੀ ਪੌਕਸ ਦੇ 14000 ਮਾਮਲੇ ਕੈਨੇਡਾ ਦੇ ਵਿੱਚ 604 ਮਾਮਲਿਆਂ ਦੀ ਪੁਸ਼ਟੀ ਤਾਂ ਦੋਸਤੋ WHO ਨੇ ਦੁਨੀਆ ਭਰ ਦੇ ਵਿੱਚ ਮੰਕੀ ਪੌਕਸ ਦੇ 14000 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ ਇਸ ਦੇ ਨਾਲ ਹੀ ਅਫਰੀਕਾ ਦੇ ਵਿੱਚ ਮੰਕੀ ਪੌਕਸ ਦੇ ਕਾਰਨ 5 ਲੋਕਾਂ ਦੀ ਮੌਤ ਹੋ ਚੁੱਕੀ ਹੈ WHO ਦੇ ਸੱਤਰ ਜਰਨਲ ਐਂਡ ਨੋਮ ਕੈਵਰੇ ਅਸਸ ਨੇ ਇਹ ਜਾਣਕਾਰੀ ਦਿੱਤੀ ਹੈ ਉੱਧਰ ਕੈਨੇਡਾ ਦੇ ਵਿੱਚ ਪਬਲਿਕ ਹੈਲਥ ਏਜੰਸੀ ਨੇ ਦੇਸ਼ ਦੇ ਵਿੱਚ ਮੰਕੀ ਪੋਕਸ ਦੇ ਕੁੱਲ 604 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਅਗਲੀ ਖਬਰ ਹੈ, ਕਰੋਨਾ ਦੇ ਭਾਰਤ ਵਿੱਚ 21567 ਨਵੇਂ ਮਾਮਲੇ ਤੇ 45 ਜਣਿਆਂ ਦੀ ਮੌਤ। ਤਾਂ ਦੋਸਤੋ ਦੇਸ਼ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕਰੋਨਾ ਵਾਇਰਸ ਦੇ 21567 ਨਵੇਂ ਕੇਸ ਸਾਹਮਣੇ ਆਉਣ ਦੇ ਮਗਰੋਂ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 4 ਕਰੋੜ 38 ਲੱਖ 25185 ਹੋ ਗਈ ਹੈ। ਫਿਰ ਸਲੇ 24 ਘੰਟਿਆਂ ਦੌਰਾਨ 45 ਜਣਿਆਂ ਦੀ ਮੌਤ ਹੋਣ ਦੇ ਮੰਗਰੋਂ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 525870 ਹੋ ਗਈ ਹੈ। ਅਗਲੀ ਖਬਰ ਹੈ ਈਡੀ ਅੱਗੇ ਪੇਸ ਨਾ ਹੋਏ ਸੰਜੇ ਰਾਉਤ ਤਾਂ ਦੋਸਤੋ ਸੈਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਪੁਸ਼ ਪੜਤਾਲ ਦੇ ਲਈ ਮੁੰਬਈ ਦੇ ਵਿੱਚ ਈਡੀ ਅੱਗੇ ਪੇਸ ਨਹੀਂ ਹੋਏ ਤੇ ਉਹ ਸੰਸਦ ਦੇ ਚੱਲ ਰਹੇ اجلاس ਦਾ ਹਵਾਲਾ ਦੇ ਰਹੇ ਨੇ ਜਿਸ ਦੌਰਾਨ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਵੀ ਈਡੀ ਅੱਗੇ ਪੇਸ਼ ਹੋਈ ਹੈ ਅਗਲੀ ਖਬਰ ਹੈ ਮੂਸੇ ਵਾਲਾ ਕਤਲकांड ਦੇ ਵਿੱਚ ਮਾਨਸਾ ਪੁਲਿਸ ਹੁਣ ਦੀਪਕ ਮੁੰਡੀ ਦੀ ਭਾਲ ਦੇ ਵਿੱਚ ਜੁਟੀ ਤਾਂ ਦੋਸਤੋ ਗਾਇਕ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਵਿੱਚ ਲੋੜੀਂਦੇ ਸ਼ਾਰਪ ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਸਿੰਘ ਮਾਨੂੰ ਕੁੱਸਾ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਤੋਂ ਬਾਅਦ ਹੁਣ ਮਾਨਸਾ ਪੁਲਿਸ ਨੇ ਦੀਪਕ ਮੁੰਡੀ ਦੀ ਪੈੜ ਦੱਬਣ ਦੇ ਲਈ ਵਾਹ ਲਾ ਦਿੱਤੀ ਹੈ ਉਸ ਦੇ ਨਾਲ ਦੇ ਪ੍ਰਿਆ ਵਰਤ ਫੌਜੀ ਕਸਿਸ ਉਰਫ ਕੁਲਦੀਪ ਨੂੰ ਮਾਨਸਾ ਪੁਲਿਸ ਵੱਲੋਂ ਪੁਸਗਿਸ ਕਰਨ ਤੋਂ ਬਾਅਦ ਜੇਲ੍ਹ ਭੇਜਿਆ ਜਾ ਚੁੱਕਿਆ ਹੈ ਮਾਨਸਾ ਪੁਲਿਸ ਵੱਲੋਂ ਇਸ ਵੇਲੇ ਅੰਕਤ ਸਿਰਸਾ ਤੋਂ ਪੁਸਗਿਸ ਕੀਤੀ ਜਾ ਰਹੀ ਹੈ ਮੂਸੇਵਾਲਾ ਕਤਲकांड ਦੇ ਵਿੱਚ ਕੁੱਲ 6 ਸਰਪ ਸ਼ੂਟਰਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 3 ਸਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ 2 ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਚੁੱਕੀ ਹੈ ਤੇ ਮਾਨਸਾ ਦੇ ਐਸਐਸਪੀ ਗਰਬਤੂਰਾ ਨੇ ਦੱਸਿਆ ਕਿ ਦੀਪਕ ਮੁੰਡੀ ਬਾਰੇ ਪੁਲਿਸ ਨੂੰ ਅਹਿਮ ਸਾਰਾਗ ਮਿਲੇ ਨੇ ਤੇ ਪੁਲਿਸ ਉਸ ਪਿੱਛੇ ਲੱਗੀ ਵੀ ਹੋਈ ਹੈ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਇਸ ਕਤਲकांड ਦੇ ਵਿੱਚ ਵਲੈਰੋ ਅਤੇ ਕਰੋਲਾ ਮਾਡਿਊਲ ਦੀ ਵਰਤੋਂ ਕੀਤੀ ਗਈ ਸੀ ਦੀਪਕ ਮੁੰਡੀ ਵਲੈਰੋ ਮਾਡਿਊਲ ਦਾ ਹਿੱਸਾ ਸੀ ਅਗਲੀ ਖਬਰ ਹੈ ਪੁਲਿਸ ਨੇ ਲਾਰੈਂਸ ਬਸਨੋਈ ਦੀ ਆਵਾਜ਼ ਦੇ ਸੈਂਪਲ ਲਏ ਤਾ ਦੋਸਤੋ ਤੁਹਾਨੂੰ ਦੱਸਿਏ ਕਿ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਗੈਂਗਸਟਰ ਲਾਰੈਂਸ ਸੁਨੋਈ ਦੀ ਆਵਾਜ਼ ਦੇ ਸੈਂਪਲ ਮੋਹਾਲੀ ਪੁਲਿਸ ਵੱਲੋਂ ਲਏ ਗਏ ਨੇ ਲਾਰੈਂਸ ਨੂੰ ਫੇਜ਼ 4 ਸਥਿਤ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਵਿੱਚ ਲਿਆਂਦਾ ਗਿਆ ਸੀ ਜਿੱਥੇ ਡੇਢ ਘੰਟਾ ਰੱਖਿਆ ਗਿਆ ਸੂਤਰ ਅਨੁਸਾਰ ਗੈਂਗਸਟਰ ਲਾਰੈਂਸ ਸੁਨੋਈ ਦੀ ਆਵਾਜ਼ ਦਾ ਸੈਂਪਲ ਇਸ ਕਰਕੇ ਲਿਆ ਕਿਉਂਕਿ ਪਿਛਲੇ ਸਮੇਂ ਦੌਰਾਨ ਉਸ ਵੱਲੋਂ ਪੰਜਾਬ ਦੇ ਗਾਇਕਾਂ ਅਦਾਕਾਰਾਂ ਤੇ ਕਾਰੋਬਾਰੀਆਂ ਨੂੰ ਫਰੋਤੀ ਦੇਣ ਦੇ ਲਈ ਫੋਨ ਤੇ ਧਮਕਾਇਆ ਜਾਂਦਾ ਸੀ ਉਧਰ ਜਦੋਂ ਪੁਲਿਸ ਗੈਂਗਸਟਰ ਲਾਰੈਂਸ ਨੂੰ ਲੈ ਕੇ ਆਈ ਤਾਂ ਕੁਝ ਸਮੇਂ ਫੇਜ਼ 3 ਅਤੇ 5 ਦੀਆਂ ਲਾਈਟਾਂ ਤੇ ਆਵਾਜਾਈ ਰੋਕ ਦਿੱਤੀ ਗਈ ਸੀ। ਅਗਲੀ ਖਬਰ ਹੈ ਦਿਵਾਨ ਟੋਡਰ ਮੱਲ ਦੀ ਹਵੇਲੀ ਦੀ ਕਾਰ ਸੇਵਾ ਸ਼ੁਰੂ ਤਾਂ ਦੋਸਤੋ ਮਾਤਾ ਗੁਰ ਤੇ ਛੋਟੇ ਸਹਿਬਜ਼ਾਦੇ ਬਾਬਾ ਯੋਰਾਵਰ ਅਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਉਪਰੰਤ ਉਹਨਾਂ ਦੇ ਸੰਸਕਾਰ ਸਥਾਨ ਦੇ ਲਈ 78000 ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦਣ ਵਾਲੇ ਦਿਵਾਨ ਟੋਡਰ ਮੱਲ ਦੀ ਫਤਿਹਗੜ੍ਹ ਸਾਹਿਬ ਨੇੜੇ ਨਰਹੈਸ ਜਿਸ ਨੂੰ ਜਹਾਜ਼ ਹਵੇਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸ ਦੀ ਕਾਰ ਸੇਵਾ ਅੱਜ ਜਕਾਰਿਆਂ ਦੀ ਗੂੰਜ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਅਗਲੀ ਖਬਰ ਹੈ ਹਰਿਆਣਾ ਸਰਕਾਰ ਦੇ ਵੱਲੋਂ ਡੀਐਸਪੀ ਹੱਤਿਆ ਕਾਂਡ ਦੀ ਨਿਆਂਕ ਜਾਂਚ ਦੇ ਹੁਕਮ ਜਾਰੀ ਤਾ ਦੋਸਤੋ ਹਰਿਆਣਾ ਸਰਕਾਰ ਨੇ ਮਿਵਾਤ ਖੇਤਰ ਵਿੱਚ ਖਣਨ ਮਾਫੀਏ ਵੱਲੋਂ ਡੀਐਸਪੀ ਸੁਰਿੰਦਰ ਸਿੰਘ ਦੀ ਟਰੱਕ ਹੇਠ ਦੱਡ ਕੇ ਹਤਿਆ ਕੀਤੇ ਜਾਣ ਦੇ ਮਾਮਲੇ ਦੀ ਨਰਾਇਕ ਜਾਂਚ ਸ਼ੁਰੂ ਕਰਨ ਦਾ ਫੈਸਲਾ ਦੇ ਦਿੱਤਾ ਗਿਆ ਹੈ। ਅਗਲੀ ਖਬਰ ਹੈ ਹਰਿਆਣੇ ਨੂੰ ਸੇਤੀ ਮਿਲੇਗੀ ਵਿਧਾਨ ਸਭਾ ਦੀ ਵੱਖਰੀ ਇਮਾਰਤ ਮਨੋਹਰ لال ਖੱਟਰ। ਤਾਂ ਦੋਸਤੋ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ لال ਖੱਟਰ ਪੰਚਕੋਲਾ ਵਿੱਚ ਹਰਿਆਣਾ ਦੀ ਵਿਧਾਨ ਸਭਾ ਵੱਲੋਂ ਕਰਵਾਈ ਜਾ ਰਹੀ ਕੌਮੀ ਈ ਵਿਧਾਨ ਐਪਲੀਕੇਸ਼ਨ ਉੱਤੇ ਦੋ ਰੋਜ਼ਾ ਵਰਕਸ਼ਾਪ ਦਾ ਉਦਘਾਟਨ ਕੀਤਾ ਤੇ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਈ ਵਿਧਾਨ ਸਭਾ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਨਾਲ ਉਹਨਾਂ ਨੇ ਐਲਾਨ ਕੀਤਾ ਕਿ ਹਰਿਆਣੇ ਨੂੰ ਬਹੁਤ ਛੇਤੀ ਹੀ ਵਿਧਾਨ ਸਭਾ ਵੱਖਰੀ ਇਮਾਰਤ ਵਿੱਚ ਕਰਨ ਦਾ ਮੌਕਾ ਮਿਲੇਗਾ। ਅਗਲੀ ਖਬਰ ਹੈ ਰਣੇਲ ਵਿਕਰਮ ਸਿੰਘ ਨੇ Sri Lanka ਦੇ ਰਾਸ਼ਟਰਪਤੀ ਵਜੋਂ ਲਿਆ ਹਲਫ। ਆ ਦੋਸਤੋ ਉੱਗੇ ਸਿਆਸਤਦਾਨ ਰਨੈਲ ਵਿਕਰਮ ਸਿੰਘ ਨੇ ਸ਼੍ਰੀਲੰਕਾ ਦੇ 8ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈ ਲਿਆ ਹੈ ਦੇਸ਼ ਨੂੰ ਆਰਥਿਕ ਸੰਕਟ ਚੋਂ ਕੱਢਣ ਅਤੇ ਬਦ ਆਮਨੀ ਦੇ ਮਾਹੌਲ ਨੂੰ ਸ਼ਾਂਤ ਕਰਨਾ ਉਹਨਾਂ ਦੇ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਵਿਕਰਮ ਸਿੰਘ ਨੇ ਚੀਫ ਜਸਟਿਸ ਜੇਨਤ ਸ਼ਾਹ ਜ਼ਹੂਰੀਆ ਦੀ ਹਾਜ਼ਰੀ ਵਿੱਚ ਸੌਂ ਚੁੱਕੀ ਹੈ ਅਗਲੀ ਖਬਰ ਹੈ ਅਦਾਲਤ ਨੇ ਇਮਰਾਨ ਖਾਨ ਦੀ ਅੰਤਰਮ ਜ਼ਮਾਨਤ 30 ਤੱਕ ਵਧਾਈ ਤਾਂ ਦੋਸਤੋ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਦੇ ਚੇਅਰਮੈਨ ਇਮਰਾਨ ਖਾਨ ਦੀ ਪਾਰਟੀ ਦੇ ਆਜ਼ਾਦੀ ਮਾਰਚ ਨਾਲ ਸੰਬੰਧਿਤ 11 ਕੇਸਾਂ ਵਿੱਚ ਜ਼ਮਾਨਤ 30 ਜੁਲਾਈ ਤੱਕ ਵਧਾ ਦਿੱਤੀ ਗਈ ਹੈ ਅਗਲੀ ਖਬਰ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਪਾਕਿਸਤਾਨ ਤੋਂ ਮਿਲੀ ਧਮਕੀ ਇੰਸਟਾਗ੍ਰam ਤੇ ਲਿਖਿਆ ਕਿ ਅਗਲਾ ਨੰਬਰ ਬਾਪੂ ਦਾ ਤਾਂ ਦੋਸਤੋ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਹੁਣ ਉਹਨਾਂ ਦੇ ਪਿਤਾ ਨੂੰ ਧਮਕੀਆਂ ਮਿਲਣ ਦੀ ਖਬਰ ਸਾਹਮਣੇ ਆਈ ਹੈ ਖਬਰਾਂ ਮੁਤਾਬਕ ਉਹਨਾਂ ਨੂੰ ਇੰਸਟਾਗ੍ਰam ਤੇ ਪਾਕਿਸਤਾਨ ਤੋਂ ਧਮਕੀਆਂ ਮਿਲੀਆਂ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਮੁਤਾਬਕ ਸਿੱਧੂ ਦੇ ਕੁਝ ਦੋਸਤਾਂ ਨੇ ਉਹਨਾਂ ਨੂੰ ਦੱਸਿਆ ਕਿ ਇੰਸਟਾਗ੍ਰam ਤੋਂ ਪਾਕਿਸਤਾਨ ਤੇ ਇੱਕ ਪੋਸਟ ਪਈ ਹੈ ਤੁਹਾਨੂੰ ਧਮਕੀ ਦਿੱਤੀ ਗਈ ਹੈ ਇੰਸਟਾਗ੍ਰam ਤੇ ਲਿਖਿਆ ਕਿ ਅਗਲਾ ਨੰਬਰ ਬਾਪੂ ਦਾ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਗਲੀ ਖਬਰ ਹੈ ਪੰਜਾਬ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ 2017 ਵਿੱਚ ਨਿਯੁਕਤ 1259 ਜੀਵੀਟੀ ਅਧਿਆਪਕਾਂ ਦੀ ਨਿਯੁਕਤੀ ਨੂੰ ਗੈਰ ਕਾਨੂੰਨੀ ਕਰਾਰ ਤਾਂ ਦੋਸਤੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲੇ ਵਿੱਚ 2017 ਵਿੱਚ ਨਿਯੁਕਤ ਕੀਤੇ ਗਏ ਕਰੀਬ 1259 ਜੀਵੀਟੀ ਅਧਿਆਪਕਾਂ ਦੀ ਨਿਯੁਕਤੀ ਨੂੰ ਗੈਰ ਕਾਨੂੰਨੀ ਕਰਾਰ ਕਰ ਦਿੱਤਾ ਹੈ ਅਗਲੀ ਖਬਰ ਹੈ ਜੀਐਸਟੀ ਦਾ ਝਟਕਾ ਅੰਮੋਲ ਨੇ ਵਧਾਏ ਦੁੱਧ ਦਹੀਂ ਅਤੇ ਲੱਸੀ ਦੇ ਰੇਟ ਜਾਣੋ ਕਿਹੜੇ ਕਿਹੜੇ ਉਤਪਾਦ ਹੋਏ ਮਹਿੰਗੇ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ GST ਲੱਗਣ ਤੋਂ ਬਾਅਦ ਅੰਮੋਲ ਕੰਪਨੀ ਨੇ ਦੁੱਧ ਦਹੀਂ ਅਤੇ ਬਟਰ ਮਿਲਕ ਅਤੇ ਫਲੇਵਰਡ ਦੁੱਧ ਸਮੇਤ ਕਈ ਉਤਪਾਦਾਂ ਦੇ ਰੇਟ ਵਧਾ ਦਿੱਤੇ ਨੇ ਹੁਣ ਤੁਹਾਨੂੰ ਇਹਨਾਂ ਉਤਪਾਦ ਖਰੀਦਣ ਦੇ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ ਕੰਪਨੀ ਨੇ 200 ਗ੍ਰਾਮ ਦਹੀਂ ਦੀ ਕੀਮਤ 20 ਰੁਪਏ ਤੋਂ ਵਧਾ ਕੇ 21 ਰੁਪਏ ਕਰ ਦਿੱਤੀ ਹੈ ਯਾਨੀ ਕਿ ਕਿਲੋ ਦਹੀਂ ਹੁਣ ਤੁਹਾਨੂੰ 160 ਤੋਂ ਲੈ ਕੇ 170 ਰੁਪਏ ਕਿਲੋ ਮਿਲੇਗੀ ਇਸ ਤੋਂ ਇਲਾਵਾ ਤੁਹਾਨੂੰ ਅੰਮੋਲ ਦਾ 170 ਮਿਲੀਲੀਟਰ ਲੱਸੀ 10 ਰੁਪਏ ਦੀ بجائے 11 ਰੁਪਏ ਦੀ ਮਿਲੇਗੀ ਇਸ ਦੇ ਨਾਲ ਹੀ ਅਮੁੱਲ ਕੰਪਨੀ ਨੇ ਦੁੱਧ ਦੇ ਰੇਟ ਵੀ ਵਧਾ ਦਿੱਤੇ ਨੇ 1 ਕਿਲੋ ਦੁੱਧ ਦਾ ਜੋ ਪੈਕਟ ਸੀ ਪਹਿਲਾਂ 65 ਰੁਪਏ ਦਾ ਸੀ ਤੇ ਹੁਣ ਤੁਹਾਨੂੰ ਇਸ ਦੇ ਲਈ 69 ਰੁਪਏ ਦੇਣੇ ਪੈਣਗੇ ਤੇ ਦੋਸਤੋ ਇਹ ਸਨ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਜੇ ਤੁਹਾਨੂੰ ਸਾਡੀ ਇਹ ਵੀਡੀਓ ਤੇ ਜਾਣਕਾਰੀ ਵਧੀਆ ਲੱਗੀ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਤੇ ਨਾਲ ਬਣੇ ਘੰਟੀ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ